वाहिगुरु जी का खालसा वाहिगुरु जी की फतेह। आपसी साई टीवी देख रहे सारे दर्शकों का स्वागत है। अडोल सच का अडोल साथी आपसी साई टीवी। जिमें कि तुसी देखिया है कि असी अज पहुंचे हाँ पुलिस पोस्ट गाड़ीगढ़ विखे, जिथे कि मीडियाकर्मी सारे पहुंचे हुए ने। जिन्हां जिन्हां चैनलों ने जड़ी कल एक तुसी स्टोरी सारे चैनलों पर देखी होनी, जिदे विच एक रोहित सिंह नाम के बच्चे नू जड़ा है पुलिस उसके काम करने वाली थान तो चक के लै जाती है, रस्ते विच उहदे नाल कुटमार भी करती है, अते नाल ही वह कुछ सिपाही सन जड़े उहनू ककार उतारन लई यानी कि उहदे ककार भी उतरवा देंदे हन। पर साढ़े कुछ चैनलों के इस स्टोरी नू चलाण दे नाल नाल ही पुलिस का जड़ा प्रशासन सुत्ता पिया हरकत विच आया अते उस केस दे उत्ते जल्दी तो जल्दी एक्शन लैके वो बंदा जिसने उस बच्चे दे नाल कुटमार की सी उहनू उन्होंने लाइन हाजिर कर दिता, इस चौकी तो ट्रांसफर कर दिता है। कहा जाता है कि उस लड़के नू वो SPO है और उसनू इस थाने तो इस पुलिस पोस्ट तो चक के लाइन हाजिर कर दिता है। SDPO सचित शर्मा ने जड़ी है प्रेस अपना मीडियाकर्मियों के नाल एक मीटिंग रखी सी, उहदे विच गलबात करदिया इसका खुलासा किया है अते एपोलोजाइज किया है कि यह गलती हुई है उहदे कोलों और अगे तो इसका ध्यान रखा जाएगा। साढ़े नाल जुड़े ने हरजीत सिंह जी, जिन्हां दे कोलों बच्चा काम करता है, आओ इन्हां दे नाल गल करते हैं। हरजीत जी की कहना है तुहाडा इहदे बारे च? देखो जिस तरह का कल घटनाक्रम होया है कि एक्चुअली गल जिहड़ी है असल विच पुलिस ने गलत कीती सी, क्योंकि बिना वेरीफिकेशन किते एक ते उहनूं चक के लै गए ਤੇ ਦੂਜਾ ਉਹਦੇ ਕਕਾਰ ਖੋਲੇ ਗਏ ਉਹ ਵੀ ਬਿਨਾਂ ਵੈਰੀਫਿਕੇਸ਼ਨ ਕੀਤੇ। ਜੀ ਜੀ ਬਿਲਕੁਲ ਠੀਕ ਹੈ। ਉਹਨੂੰ ਪਹਿਲਾਂ ਹੀ ਮੁਜਰਮ ਬਣਾਤਾ ਇਹਨਾਂ ਨੇ, ਯਾਨੀ ਉਹਨੂੰ ਇੱਕ ਮੁਜਰਮ ਦੀ ਤਰ੍ਹਾਂ ਲੈ ਕੇ ਗਏ ਤੇ ਉਹ ਇਹਨਾਂ ਨੇ ਬਾਅਦ ਵਿੱਚ ਸਾਨੂੰ ਸਟੋਰੀ ਦੱਸੀ ਹੈ ਕਿ ਉਸ ਕੁੜੀ ਨੇ ਇਸੇ ਮੁੰਡੇ ਦੀ ਫੋਟੋ ਦਿੱਤੀ ਹੈ, ਉਹਦੀ SP South ਨੇ ਇਨਕੁਆਇਰੀ ਬਿਠਾਈ ਹੈ ਕੱਲ ਦੀ, ਉਹਦੇ ਬਾਅਦ ਦੀ ਗੱਲ ਹੈ ਕਿਉਂਕਿ ਉਹ ਅੱਜ ਆਪਣੇ ਇਹਨਾਂ ਨੇ ਆਪਣੇ ਮੋਬਾਈਲ ਦੇ ਉੱਤੇ ਫੋਟੋ ਦਿਖਾਈ, ਬਈ ਇਹ ਉਹੀ ਮੁੰਡਾ ਸੀ, ਦੇਖੋ ਜੀ ਇਸ ਕੁੜੀ ਨੇ ਇਸੇ ਮੁੰਡੇ ਦੀ ਫੋਟੋ, ਗਲਤੀ ਦੇ ਨਾਲ ਇਹ ਇਸ ਬੱਚੇ ਦੀ ਫੋਟੋ ਚਲੀ ਗਈ ਸੀ ਜਿਹਦੇ ਕਰਕੇ ਉਹਨਾਂ ਨੂੰ ਇਹਨੂੰ ਚੁੱਕਣਾ ਪਿਆ। ਇਹ ਗੱਲ ਸਮਝ ਨਹੀਂ ਆ ਰਹੀ ਵੀ ਉਸ ਲੜਕੀ ਨੇ ਮਤਲਬ ਕਿ ਉਹ ਮੁਕਰ ਕਿਉਂ ਗਈ, ਐਕਚੁਅਲੀ ਉਸ ਲੜਕੀ ਨੇ ਇਸ ਲੜਕੀ ਦੀ ਵੀਡੀਓ ਭੇਜੀ ਵੀ ਇਹੋ ਲੜਕਾ, ਤੇ ਬਾਅਦ ਜਦੋਂ ਉਹਨੂੰ ਸਾਹਮਣੇ ਕੀਤਾ ਗਿਆ ਤੇ ਉਹ ਮੁਕਰ ਗਈ। ਇਹਦਾ ਮਤਲਬ ਇਹਦੇ ਵਿੱਚ ਗਲਤੀ ਪੁਲਿਸ ਵਾਲੇ ਕੋਈ ਇਹ ਹੋਈ ਹੈ, ਗਲਤੀ ਇਹ ਹੋਈ ਕਿ ਜਦੋਂ ਇਹਨੂੰ ਚੱਕਣ ਤੋਂ ਪਹਿਲੇ ਸਾਡੇ ਨਾਲ ਗੱਲਬਾਤ ਕਰਦੇ, ਅਸੀਂ ਉਹਨੂੰ ਆਪੇ ਆਪਣੀ ਗੱਡੀ ਵਿੱਚ ਲੈ ਕੇ ਥਾਣੇ ਲੈ ਜਾਂਦੇ ਤੇ ਉਸ ਲੜਕੀ ਨੂੰ ਬੁਲਾ ਲੈਂਦੇ ਇੱਕ ਵਾਰੀ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਮੁਜਰਮ ਘੋਸ਼ਿਤ ਕਰਕੇ ਇਹਨੂੰ ਥੱਪੜ ਵੀ ਮਾਰੇ, ਕਕਾਰ ਵੀ ਉਤਾਰੇ। ਇੱਥੋਂ ਕੁਛ ਇਹ ਜਿਹੜੇ ਪੁਲਿਸ ਦਾ ਕੰਮ ਹੈ, ਇੱਥੋਂ ਥੋੜਾ ਡਾਊਟ ਹੁੰਦਾ ਵੀ ਬੰਦੇ ਨੂੰ ਐਕਸਪੀਰੀਅੰਸ ਨਹੀਂ ਹੈ। ਐਕਚੁਅਲੀ ਦੇ ਵਿੱਚ ਕੀ ਹੈ ਕਿ ਕੱਲ੍ਹ ਜਿਹੜਾ ਗੱਲ ਸਾਨੂੰ ਦੱਸੀ ਗਈ ਸੀਗੀ ਕਿ ਫੋਟੋ ਜਿਹੜੀ ਹੈ ਉਹ ਲੈ ਕੇ ਆਉਂਦੇ ਹਨ ਔਰ ਇਸ ਬੰਦੇ ਦਾ ਨਾਮ ਲੈਂਦੇ ਹਨ ਕਿ ਰੋਹਿਤ ਸਿੰਘ ਤੂੰ ਹੀ ਹੈ ਤੇ ਉਹਨੂੰ ਗੁੱਟ 'ਚੋਂ ਫੜ ਕੇ ਲੈ ਜਾਂਦੇ ਹਨ। ਇੱਥੇ ਥੋੜ੍ਹਾ ਜਿਹਾ ਹਜੇ ਵੀ ਇੱਕ ਡਾਊਟ ਰਹਿ ਜਾਂਦਾ ਹੈ ਕਿ ਰੋਹਿਤ ਸਿੰਘ ਦਾ ਹੀ ਨਾਮ ਲੈ ਕੇ ਉਹਨੂੰ ਚੱਕ ਕੇ ਲੈ ਗਏ ਸੀ, ਬਾਅਦ ਵਿੱਚ ਉਸ ਲੜਕੀ ਨੇ ਆ ਕੇ ਕਿਹਾ ਕਿ ਇਹ ਉਹ ਲੜਕਾ ਨਹੀਂ ਹੈ। ਅਗਰ ਉਸ ਲੜਕੀ ਨੂੰ ਰੋਹਿਤ ਸਿੰਘ ਨਾਮ ਪਤਾ ਸੀ ਜਾਂ ਨਹੀਂ ਸੀ ਪਤਾ ਤੇ ਫਿਰ ਪੁਲਿਸ ਵਾਲਿਆਂ ਨੂੰ ਇਹਦਾ ਨਾਮ ਕਿਸ ਤਰ੍ਹਾਂ ਪਤਾ ਚੱਲਿਆ? ਖੈਰ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ, ਇਹਦੇ ਉੱਤੇ ਪੁਲਿਸ ਜਾਂਚ ਕਰ ਰਹੀ ਹੈ। ਫਿਰ ਵੀ ਅਸੀਂ DGP ਦਿਲਬਾਗ ਸਿੰਘ ਜੀ ਦਾ ਅਤੇ ਜਿਹੜੇ ਮੌਕੇ ਦੇ SP South ਜੰਮੂ ਅਤੇ DSP ਜੋ ਗਾਂਧੀ ਨਗਰ, SHO ਜਿਹੜੇ ਸਤਵਾਰੀ ਅਤੇ ਇੱਥੇ ਦੇ ਸਾਰੇ ਹੀ ਜਿਹੜੇ ਮੁਲਾਜ਼ਮ ਹਨ ਉਹਨਾਂ ਨੇ ਇੱਕ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਇਸ ਸਾਰੇ ਕੇਸ ਨੂੰ ਸੋਲਵ ਕੀਤਾ ਔਰ ਇਸ ਕਰਕੇ ਪੁਲਿਸ ਪ੍ਰਸ਼ਾਸਨ ਦੀ ਅਸੀਂ ਪ੍ਰਸ਼ੰਸਾ ਵੀ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਕਿਸੇ ਵੀ ਧਰਮ ਦੇ ਕਿਸੇ ਵੀ ਬੰਦੇ ਦੇ ਨਾਲ ਇਸ ਤਰ੍ਹਾਂ ਦਾ ਕੋਈ ਵੀ ਹਾਦਸਾ ਨਾ ਹੋਵੇ ਕਿ ਜਿਹਦੇ ਵਿੱਚ ਉਹਦੀ ਆਸਥਾ ਨੂੰ ਕੋਈ ਜਿਹੜੀ ਹੈ ਉਹ ਠੇਸ ਪਹੁੰਚੇ। ਹਰਜੀਤ ਸਿੰਘ ਜੀ, ਹੁਣ ਤੁਸੀਂ ਆਪਣਾ ਸੈਟਿਸਫਾਈ ਹੋ? ਹਾਂ ਬਿਲਕੁਲ ਸੈਟਿਸਫਾਈ। ਕੱਲ੍ਹ ਕਾਫ਼ੀ ਮਤਲਬ ਕਿ ਸਿੱਖ ਸੰਗਠਨ ਜਿਹੜੇ ਨੇ ਕਾਫ਼ੀ ਦੁਕਾਨ 'ਤੇ ਸਾਡੇ ਆਏ ਨਾ, ਉਹ ਕਹਿ ਰਹੇ ਕਿ ਵੱਡਾ ਰੋਸ਼ ਮੁਜ਼ਾਹਰਾ ਕਰਾਂਗੇ। ਕਾਫ਼ੀ ਉਹ ਕਾਫ਼ੀ ਰੋਸ਼ ਸੀ, ਮਤਲਬ ਕਿ ਜਿੰਨੀ ਸਿੱਖ ਬਰਾਦਰੀ ਹੈ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਤੁਹਾਡਾ ਚੈਨਲ ਮੇਰੇ ਹੁਣ ਇਸ ਜੰਮੂ ਕਸ਼ਮੀਰ ਦੇ ਇਲਾਵਾ ਬਾਹਰਲੀਆਂ ਕੰਟਰੀਆਂ ਵਿੱਚ ਵੀ ਚੱਲ ਰਿਹਾ ਹੈ ਕਿ ਪੂਰੀ ਦੁਨੀਆ ਦੀ ਸਿੱਖ ਬਰਾਦਰੀ ਵਿੱਚ ਕਾਫ਼ੀ ਰੋਸ਼ ਹੈ ਇਸ ਗੱਲ ਦੇ ਉੱਤੇ, ਅਤੇ ਉਹਦਾ ਮੇਰੇ ਖਿਆਲ ਬੜੀ ਜਲਦੀ JKP ਨੇ ਸੰਗਿਆਨ ਲਿਆ, SDPO South ਨੇ ਜਾਂ SP South ਨੇ ਬੜੀ ਜਲਦੀ ਇਮੀਡੀਏਟ ਐਕਸ਼ਨ ਕੀਤੀ ਹੈ। ਫਿਲਹਾਲ ਜੇ ਐਕਸ਼ਨ ਨਹੀਂ ਕਰਦੇ ਹੋ ਸਕਦਾ ਅੱਜ ਅਸੀਂ ਹੋਰ ਕੋਈ ਵੱਡਾ ਮੁਜ਼ਾਹਰਾ ਜਾਂ ਵੱਡੀ ਇੱਕ ਪ੍ਰੈਸ ਕਾਨਫਰੰਸ ਰੱਖਦੇ, ਪਰ ਇਹਨਾਂ ਨੇ ਇਮੀਡੀਏਟ ਉਸ ਬੰਦੇ ਨੂੰ ਸਸਪੈਂਡ ਕਰ ਦਿੱਤਾ, ਲਾਈਨ ਹਾਜ਼ਰ ਕੀਤਾ ਜੀ। ਤੋ ਇਹ ਸਨ ਸਾਡੇ ਨਾਲ ਹਰਜੀਤ ਸਿੰਘ ਜੀ, ਸਾਡੇ ਨਾਲ ਰਮਨੀਕ ਵੀਰ ਜੀ ਵੀ ਹਨ ਜਿਨ੍ਹਾਂ ਨੇ RTI India News 'ਤੇ ਵੀ ਇਹ ਸਟੋਰੀ ਚਲਾਈ ਸੀ ਔਰ ਇਹਨਾਂ ਸਾਰੀਆਂ ਸਟੋਰੀਆਂ ਦਾ ਇੱਕ ਬਹੁਤ ਵੱਡਾ ਅਸਰ ਹੋਇਆ ਹੈ। ਰਮਨੀਕ ਜੀ, ਤੁਸੀਂ ਆਪਣੀ ਸਟੋਰੀ ਚਲਾਈ, ਬਹੁਤ ਹੀ ਅੱਛੇ ਤਰੀਕੇ ਦੇ ਨਾਲ ਚਲਾਈ, ਸਾਡੇ ਨਾਲ ਨਾਲ ਹੀ ਚਲਾਈ, ਸਾਡੇ ਨਾਲ ਹੋਰ ਵੀ ਮੀਡੀਆਕਰਮੀ ਉਹ ਧੁੱਪ ਬਹੁਤ ਹੈ ਉਹ ਦੇਖੋ ਤੁਸੀਂ ਸਾਰੇ ਇੱਥੇ ਬੈਠੇ ਹਨ, ਸਾਰੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਹਨ। ਪਰ ਅਸੀਂ ਰਮਨੀਕ ਜੀ ਨਾਲ ਗੱਲ ਕਰਦੇ ਹਾਂ, ਤੁਸੀਂ ਸੈਟਿਸਫਾਈ ਹੋ, ਤੁਸੀਂ ਇੱਕ ਅੱਛਾ ਕੰਮ ਕੀਤਾ? ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ
ਤੁਸੀਂ ਬੜੀ ਪੁਰਾਣੀ ਕਹਾਵਤ ਹੈ ਕਹਿੰਦੇ ਨੇ ਜੋ ਖਾਲੀ ਹੁੰਦਾ ਨਾ ਖਾਲੀ ਭਾਂਡਾ ਹੀ ਛਲਕਦਾ ਭਰਿਆ ਹੋਇਆ ਨਹੀਂ ਛਲਕਦਾ ਇਹ ਐਸ ਪੀ ਓਸ ਪੀ ਓ ਵਗੈਰਾ ਇਹ ਛੋਟੇ ਛੋਟੇ ਸੁਥਰੇ ਮੁੰਡੇ ਹੁੰਦੇ ਨੇ ਜਿਹੜੇ ਸੁਲਝਾ ਹੋਇਆ ਅਫਸਰ ਹੁੰਦਾ ਕਦੇ ਇਹੋ ਜਿਹੀ ਹਰਕਤ ਨਹੀਂ ਕਰਦਾ ਕਿਉਂਕਿ ਉਸ ਅਗਰ ਚੌਕੀ ਅਫਸਰ ਦੀ ਨਾ ਮੌਜੂਦਗੀ ਉੱਪਰ ਇੱਥੇ ਇਹ ਜੋ ਇੰਨਾ ਵੱਡਾ ਹਾਦਸਾ ਹੋ ਚੁੱਕਿਆ ਲੇਕਿਨ ਅਗਰ ਚੌਕੀ ਅਫਸਰ ਜੱਠਾ ਮੌਜੂਦ ਹੁੰਦੇ ਸ਼ਾਇਦ ਇੰਨੀ ਗੱਲ ਨਹੀਂ ਹੁੰਦੀ ਕਿਉਂਕਿ ਜੋ ਸੁਲਝਾ ਹੋਇਆ ਅਫਸਰ ਹੈ ਉਸਨੇ ਪਹਿਲੇ ਇਨਵੈਸਟੀਗੇਸ਼ਨ ਕਰਨੀ ਸੀ ਫਿਰ ਉਸ ਤੋਂ ਬਾਅਦ ਕੋਈ ਕਾਰਵਾਈ ਕਰਨੀ ਸੀ ਅਤੇ ਜਿਹੜੇ ਐਸ ਪੀ ਓ ਵਗੈਰਾ ਸਨ ਉਹਨਾਂ ਨੇ ਆ ਕੇ ਮੁੰਡੇ ਨਾਲ ਬਦਤਮੀਜ਼ੀ ਕੀਤੀ ਮੁੰਡੇ ਨੂੰ ਚੱਕ ਕੇ ਲੈ ਕੇ ਗਏ ਫਿਰ ਉਸ ਤੋਂ ਬਾਅਦ ਲੇਕਿਨ ਫਿਰ ਵੀ ਮੈਂ ਐਸ ਡੀ ਪੀ ਓ ਸਾਊਥ ਸਚੀ ਜੋ ਸਚੀ ਸ਼ਰਮਾ ਸਨ ਉਹਨਾਂ ਨੇ ਆਏ ਹਨ ਇਸ ਵਕਤ ਆਏ ਸਨ ਔਰ ਖਾਸ ਕਰਕੇ ਐਸ ਪੀ ਸਾਊਥ ਸ਼ਾਹੀਨ ਮੈਡਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੈਂ ਉਹਨਾਂ ਨੂੰ ਕਾਲ ਕੀਤੀ ਸੀ ਜਦ ਉਹਨਾਂ ਨੇ ਕਾਲ ਕੀਤੀ ਉਹਨਾਂ ਨੇ ਉਸ ਵਕਤ ਹੀ ਮੇਰੇ ਨਾਲ ਜਦ ਮੈਂ ਉਹਨਾਂ ਨਾਲ ਕਾਲ ਕੀਤੀ ਉਹਨਾਂ ਨੂੰ ਕਿਹਾ ਉਹਨਾਂ ਦੇ ਨੋਟਿਸ ਜੇ ਗੱਲ ਲਿਆਂਦੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ 'ਤੇ ਫੌਰਨ ਜੋ ਇਨਕੁਆਇਰੀ ਬਿਠਾਉਂਗੀ ਔਰ ਐਕਸ਼ਨ ਲਾਂਗੀ ਉਹ ਵੈਸੇ ਹੀ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਆਪਣੀ ਗੱਲਾਂ 'ਤੇ ਫੁੱਲ ਚੜਾਏ ਨੇ ਜੋ ਕੀਤਾ ਜੋ ਕਿਹਾ ਉਹ ਕਹਿ ਕੇ ਪੂਰਾ ਕੀਤਾ ਹੈ ਆਪਣਾ ਜੋ ਪ੍ਰੋਮਿਸ ਕੀਤਾ ਉਹ ਪੂਰਾ ਕੀਤਾ ਬੜੀ ਜਲਦੀ ਛੇਤੀ ਐਕਸ਼ਨ ਲੈ ਕੇ ਅੱਜ ਤੋਂ ਐਸ ਡੀ ਪੀ ਓ ਉੱਥੇ ਆ ਕੇ ਉਹਨਾਂ ਨੇ ਕਿਹਾ ਹੈ ਕਿ ਇਸ ਸਾਡੇ ਤੋਂ ਗਲਤੀ ਹੋਈ ਹੈ ਔਰ ਜੋ ਜਿਸਨੇ ਕਸੂਰਵਾਰ ਹੈ ਜੋ ਜਿਸਨੇ ਗਲਤੀ ਕੀਤੀ ਸੀ ਉਸ ਨੂੰ ਇੱਥੋਂ ਚੱਕ ਦਿੱਤਾ ਗਿਆ ਇੱਥੋਂ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਮੈਂ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਕਿ ਇਸੇ ਤਰ੍ਹਾਂ ਹੀ ਪੁਲਿਸ ਕੰਮ ਕਰਦੀ ਰਹੇ ਤਾਂ ਕਿ ਪੁਲਿਸ ਪਬਲਿਕ ਜਿਹੜਾ ਗੈਪ ਹੈ ਉਹ ਗੈਪ ਕਿਸੇ ਤਰ੍ਹਾਂ ਖਤਮ ਹੋ ਸਕੇ ਨਹੀਂ ਤਾਂ ਅਗਰ ਪੁਲਿਸ ਇੱਦਾਂ ਹੀ ਉੱਚੀ ਹਰਕਤਾਂ ਕਰੇਗੀ ਤਾਂ ਫਿਰ ਪੁਲਿਸ ਪਬਲਿਕ ਗੈਪ ਜੋ ਉਹ ਕਦੇ ਨਹੀਂ ਖਤਮ ਹੋ ਸਕਦਾ ਤਾਂ ਇਹ ਸੀ ਸਾਰਾ ਮਸਲਾ ਜੋ ਲਗਭਗ ਹੱਲ ਹੋ ਚੁੱਕਿਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਚੀਜ਼ ਦਾ ਖਿਆਲ ਰੱਖੇਗਾ ਔਰ ਇਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਸ ਤਰ੍ਹਾਂ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦਾ ਰਹੇਗਾ ਅਤੇ ਆਪਸੀ ਸਾਈਂ ਟੀ ਵੀ ਜਿਹੜਾ ਹੈ ਹਮੇਸ਼ਾ ਹੱਕ ਅਤੇ ਸੱਚ ਦੇ ਨਾਲ ਅਡੋਲ ਸੱਚ ਦਾ ਅਡੋਲ ਸਾਥੀ ਬਣ ਕੇ ਚੱਲਦਾ ਰਹੇਗਾ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਤੇ ਆਪ ਸਭ ਦਾ ਖਾਸ ਕਰਕੇ ਜਿਹੜੇ ਸਾਡੇ ਦਰਸ਼ਕ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਤੁਸੀਂ ਜਿਹੜਾ ਹੈ ਉਹ ਸਾਡਾ ਸਾਥ ਦਿੰਦੇ ਹੋ ਸਾਡੇ ਮੀਡੀਆ ਨੂੰ ਜਿਹੜਾ ਹੈ ਉਹ ਬੜਾ ਹੀ ਇੱਕ ਭਰੋਸਾ ਮਹਿਸੂਸ ਸਾਨੂੰ ਆਪਣੇ ਆਪ ਵਿੱਚ ਇੱਕ ਬੜਾ ਭਰੋਸਾ ਜਿਹਾ ਲੱਗਦਾ ਹੈ ਕਿ ਹਾਂ ਸਾਰੀ ਸੰਗਤ ਜਿਹੜੀ ਸਾਡੀ ਪਬਲਿਕ ਜਿਹੜੀ ਜਨਤਾ ਸਾਡੀ ਜਿਹੜੀ ਹੈ ਉਹ ਸਾਡੇ ਨਾਲ ਹੈ ਤਾਂ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।